कि पंजाब दे विच इक पिंड आ जिहदा नाम आ नैणका, ते दूजे पासे घट की निगाह ते लवा ले आ पैणकां। जदों सौ के उठते हैं ना उदों मन हुंदा जमा कूल, ते अज फिर यार चलिया स्कूल। कि घर दे कहिंदे ने कि टेंशन फ्री होके रिहा कर, कम तप ही हो जाना। मैं उन्हां नूं इक गल कहना, जे मैं फ्री हो गया ना तुसीं टेंशन जा जाना। ਹਾਂਜੀ, ਵੈਲਕਮ ਟੂ ਅਨਦਰ ਵਲੌਗ ਐਂਡ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹਨਾਂ ਦਾ 6:53 ਦਾ ਟਾਈਮ ਆ, ਅਤੇ ਹੁਣ ਚੱਲਦੇ ਹਾਂ ਬਸ ਸਵੇਰੇ ਸਵੇਰੇ ਦੁੱਧ ਪਾਉਣ। 80% ਲੋਕ ਹੈ ਨਾ ਦੁਨੀਆਂ 'ਤੇ ਹੈਗੇ ਨੇ ਕੁਆਰੇ, ਪਿੰਡ ਜਾਣ ਵੇਲੇ ਆਪਾਂ ਕਦੇ ਵਾਲ ਨਹੀਂ ਸਵਾਰੇ। तो टाइम आज अपना 8:49, ठीक है। अज हरमन ने स्कूल जाना नहीं गा, कल एतवार से अच्छ मंडे है ना, तो अज स्कूल क्यों नहीं आना, अच्छ उन्हें जुकाम जुकूम लग्या पाया है ना, तो इस करके कहते भी घर भी घर ही रहूँ मैं भी स्कूल चौखा होंगे गा, तो इस करके अच्छ हरमन स्कूल जाता नहीं। तो एक होर आज जी मेरी एक मैं दो शर्टा मंगाई थी ना, एक वाइट से एक ब्लैक से, ब्लैक रख ली, वाइट रिप्लेस करती। मैं अज फटाऊँगा, अज या कल फटाऊँगा, अज ही फटा के आऊँगा बता, अज जिदे करते होंगे उदी फटा देते हैं, तो वो समय होर दो शर्टा मंगाऊँगा ਬਾਈਟ ਦੀ ਥਾਵੇਂ, ਪੈਸੇ ਥੋੜ੍ਹੇ ਵੱਧ ਲੱਗਣਗੇ ਉਹਦਾ ਪਤੀ ਆ, ਤਾਂ ਹੋਰ ਸਾਡਾ ਬਹੁਤ ਬਾਊਟ ਯਾਰ ਮੈਨੂੰ ਪਸੰਦ ਨਹੀਂ ਹੈਗੀ ਹੈ ਨਾ। ਬਲੈਕ ਕੱਪੜਾ ਵੀ ਠੀਕ ਆ, ਅਤੇ ਡਿਜ਼ਾਇਨ ਯਾਰ ਸਿੰਪਲ ਮੰਗਾ ਲਈ ਮੈਂ ਬਾਈਟ, ਜਿਹੜੀ ਗਲਤੀ ਕਰ ਲਈ ਮੇਨ ਇਹ। ਅਤੇ ਜਮੀ ਨਿਕਲੀ ਆਪਣੀ, ਦੇਖੋ ਮੁੰਡਿਓ ਕਿ ਰੱਬ ਦਾ ਨਾਂ ਲੈ ਕੇ ਪਾਉਂਦੇ ਹਾਂ ਵੀਡੀਓ, ਚਾਹੇ ਲੋਕ ਦੇਖਦੇ ਘੱਟ ਨੇ, ਪਰ ਜਿੰਨੇ ਕੁ ਲੋਕ ਦੇਖਦੇ ਕੋਈ ਗੱਲ ਕਹਿੰਦੇ ਆ ਤਾਂ ਦੇਸੀ ਜਿਹੇ ਜੱਟ ਨੇ। ਕੱਲ੍ਹ ਆ ਪਿਛਲੇ ਵਲੌਗ ਦੇ ਵਿੱਚ ਆਹ ਪੱਟਿਆ ਸੀ ਹੈ ਨਾ, ਤਾਂ ਅੱਜ ਦਾ ਹੱਲ ਇੱਕ ਮਤਲਬ ਹੁਣ ਕੋਈ ਕਾਹਲ ਤਾਂ ਹੈ ਨਹੀਂ, ਕਿਉਂਕਿ ਨਾ ਤਾਂ ਵਾਹਣ ਨੂੰ ਪਾਣੀ ਲਾਉਣਾ, ਇਸ ਕਰਕੇ ਢਿੱਲਾ ਚੱਲਦਾ ਕੰਮ। ਜੇ ਕਾਹਲੀ ਹੁੰਦੀ ਤਾਂ ਕੱਲ੍ਹ ਹੀ ਪੈਪ, ਇਹ ਪੈਪ ਹੁਣ ਜਿੱਥੋਂ ਪੱਟਿਆ ਨਾ ਇੱਥੇ ਨਹੀਂ ਪਾਉਂਦੇ, ਇਹ ਪੈਪ ਪਾਵਾਂਗੇ ਥੋੜ੍ਹਾ ਜਿਹਾ ਗਾਹਾਂ ਵੀ, ਇੱਥੇ ਨੰਗਾ ਰੱਖਾਂਗੇ ਟਰਾਲੀ ਲੂਲੀ। ਕਿ ਅੱਜ ਵੱਟਾਂ 'ਤੇ ਤੁਰ ਕੇ ਵੀਡੀਓ ਬਣਾਉਂਦੇ ਹਾਂ, ਕੱਲ੍ਹ ਨੂੰ ਕੁਰਸੀ 'ਤੇ ਬਹਿ ਕੇ ਬਣਾਵਾਂਗੇ, ਕਿ ਇੱਕ ਦਿਨ ਦੇਖਣਗੇ ਆਪਾਂ ਨੂੰ ਵੀ ਬਹੁਤ ਲੋਕ, ਇਹ ਸੋਚ ਕੇ ਅੱਗੇ ਵੀਡੀਓ ਪਾਵਾਂਗੇ, ਅਤੇ ਇਹ ਸੋਚ ਕੇ ਅੱਗੇ ਵੀਡੀਓ ਪਾਵਾਂਗੇ। ਅਤੇ ਅੱਜ ਮੈਂ ਇੱਕ ਹੋਰ ਬੰਦੇ ਨਾਲ ਮਿਲਾਉਣ ਜਾ ਰਿਹਾ, ਜਿਹਨੇ ਬਹੁਤ ਘੈਂਟ ਬਹਾਨਾ ਬਣਾਇਆ ਸੀ ਹੈ ਨਾ, ਤਾਂ ਬਹਾਨਾ ਸੀ, ਸੱਚ ਵੀ ਹੋ ਸਕਦਾ, ਬਹਾਨਾ ਵੀ ਹੋ ਸਕਦਾ ਹੈ ਨਾ, ਤਾਂ ਚਲੋ ਗਾਹਾਂ ਦੇਖਦੇ ਹਾਂ। ਤਾਂ ਸ਼ਰਟ ਹਜੇ ਤੱਕ ਲਾਹੀ ਨਹੀਂ, ਪਾਲਾ ਲੱਗਦਾ ਭੈਣ ਦਾ ਹੈ ਨਾ, ਠੰਡਾ ਬਾਕੀ ਯਾਰ ਖੇਤ ਆ ਹੈ ਨਾ, ਇੱਥੇ ਜੇ ਪਿੰਡ ਹੋਵੇ ਤਾਂ ਉੱਚੀ ਉੱਚੀਆਂ ਕੰਧਾਂ ਹੁੰਦੀਆਂ ਨੇ ਘਰ 'ਚ, ਇੱਥੇ ਲੇਕਿਨ ਖੁੱਲ੍ਹਾ ਮਾਹੌਲ ਹੈ, ਇਸ ਕਰਕੇ ਥੋੜ੍ਹਾ ਜਿਹਾ ਖੁੱਲ੍ਹੇ ਮਾਹੌਲ ਕਰਕੇ ਗਰਮੀ 'ਚ ਵੀ ਨਜ਼ਾਰੇ ਆ, ਸਿਆਲ 'ਚ ਵੀ ਵੱਧ ਪਾਲਾ ਲੱਗਦਾ ਪਿੰਡ ਨਾਲੋਂ ਇੱਥੇ। ਤਾਂ ਬਾਕੀ ਦੱਸੋ ਬਾਈ, ਅੱਜ ਸਕੂਲ ਜਾਣ ਦਾ ਕੀ ਨਾਂ ਕਾਰਨ ਹੈ ਨਾ, ਕੀ ਕਾਰਨ ਦੱਸ ਕਿਉਂ ਨਹੀਂ ਸਕਦਾ, ਕੰਮ ਔਖਾ ਬਾਈ। ਅਤੇ ਹੁਣ ਵੈਸੇ ਹੁਣ ਵੱਜ ਹੁਣ 9 ਵਜੇ, ਅਤੇ 9 ਵਜੇ ਤੋਂ ਪਹਿਲਾਂ ਤਾਂ ਇਹ ਪਿਆ ਸੀਗਾ ਭੂਰੇ ਦੇ ਵਿੱਚ, ਠੀਕ ਆ, ਮਤਲਬ ਵਧੀਆ ਬਿਸਤਰ 'ਚ ਪਿਆ ਸੀਗਾ, ਜਦੋਂ ਵੱਜ ਕੇ 9:02 ਦੋ ਤਿੰਨ ਮਿੰਟ ਹੋ ਗਏ, ਹੁਣ ਦੇਖੋ ਮੇਰੇ ਨਾਲ ਬਾਹਰ ਫਿਰ ਰਿਹਾ ਹੈ ਨਾ। ਕਿ ਕਈ ਚੰਗਾ ਬੋਲਦੇ ਨੇ, ਕਈ ਮਾੜਾ ਬੋਲਦੇ ਨੇ, ਉਹਨਾਂ ਦੀ ਕੱਢਣੀ ਪੈਂਦੀ ਹੈ ਲਿਸਟ। ਅਤੇ ਅੱਜ ਆਪਾਂ ਭਰ ਕੇ ਆਉਣੀ ਆ ਸਕੂਟਰੀ ਦੀ ਕਿਸ਼ਤ, ਅਤੇ ਅੱਜ ਤਰੀਕ ਆ 25 ਹੈ ਨਾ, ਅਤੇ 28 ਤਰੀਕ ਆ ਲਾਸਟ ਕਿਸ਼ਤ ਦੀ। ਤਾਂ ਦੇਖੋ ਨਾ, ਵੈਸੇ ਤਾਂ ਪਤਾ ਨਹੀਂ 13 ਦੀ, ਪਤਾ ਨਹੀਂ 13 ਦਾ ਬੜਾ, ਪਤਾ ਨਹੀਂ 3 ਦੀ ਹੋਈ 4, ਪਤਾ ਨਹੀਂ ਯਾਰ, ਤਾਂ ਫਿਰ ਦੇਖਦੇ ਹਾਂ। ਕੀ ਕਰ ਰਹੇ ਹੋ? ਕਹਿੰਦੇ ਬਾਬੇ ਮੁੰਡੇ ਨੇ ਗੇਮ ਚਲਾਉਣੀ ਆ ਜਿਹੜੀ ਮੈਂ ਅੱਜ ਕੱਢੀ ਆ, ਤਾਂ ਮੈਂਬਰੀ ਖਾਲੀ ਕਰ ਰਿਹਾ। ਜਿਹਦੇ 11:30 ਦਾ ਟਾਈਮ ਆ, ਠੀਕ ਆ, ਅਤੇ ਹੁਣ ਨਹਾਉਣ ਲਏ, ਹੁਣ ਆਪਾਂ ਕਿੱਧਰ ਚੱਲੇ ਹਾਂ, ਤਾਂ ਕਿਸ਼ਤ ਭਰਨ ਜਾ ਰਹੇ, ਕਿਸ਼ਤ ਭਰਨ ਅਜੇ ਫਿਰ ਜਾਣਾ ਗਾ, ਤਾਂ ਪਹਿਲਾਂ ਮੈਂ ਹੋਰ ਪਾਸੇ ਜਾ ਰਿਹਾ, ਦੇਖੋ ਹੁਣ ਤਾਂ ਗਾਹਾਂ ਜਾ ਕੇ ਦੱਸੂਗਾ ਕਿੱਥੇ ਜਾ ਰਿਹਾ ਮੈਂ। ਅਤੇ ਤਿਆਰ ਵਿਆਰ ਹੋ ਕੇ ਚੱਲੇ ਹਾਂ ਹੁਣ ਅੱਖਾਂ ਦੀ ਦਵਾਈ ਲੈਣ, ਤਾਂ ਆਪਾਂ ਮੇਰੀ ਹੈਗਾ ਯਾਰ ਸ਼ੱਕ ਨਹੀਂ, 100% ਪਿਓਰ ਆ ਮੈਂ, ਵੀ ਅੱਖਾਂ ਦੀ ਜਿਹੜੀ ਨਿਗਾਹ ਮੇਰੀ ਘੱਟ ਹੈਗੀ, ਤਾਂ ਇਸ ਕਰਕੇ ਇਹ ਸਾਰਿਆਂ ਨਾਲ ਮੇਨ ਗੱਲ ਆ, ਸਕੂਟਰੀ ਦੀ ਕਿਸ਼ਤ ਨਾਲ ਮੇਨ ਗੱਲ ਆ ਵੀ ਅੱਖਾਂ ਦੀ ਨਿਗਾਹ ਘੱਟ ਆ। ਆ ਜਿਹੜੀ ਅੱਖਾਂ ਦੀ ਨਿਗਾਹ ਘੱਟ ਆ ਹੈ ਨਾ, ਇਹ ਦਿਖਾਉਣੀ ਪਊਗੀ, ਨਹੀਂ ਇਹ ਵਾਧੂ ਕੰਮ, ਤਾਂ ਇਸ ਕਰਕੇ ਇਹ ਕੰਮ ਪਾਲੀ ਕਰਾਂਗੇ ਆਪਾਂ, ਤਾਂ ਕੰਮ ਜਿੰਨਾ ਚੱਕਰ ਹੋ ਜਾਏਗਾ ਵਧੀਆਗਾ। ਤਾਂ ਬਾਕੀ 1,000 ਰੁਪਇਆ ਲੱਗੂਗਾ ਹੈ ਨਾ ਸਾਰਾ, ਪੈਸੇ ਤਾਂ ਨਾਲੇ ਸਰ ਸਿਰ ਦੁਖਦਾ ਯਾਰ ਅੱਖਾਂ ਨਾਲ ਹੈ ਨਾ, ਨਾਲੇ ਖਾਣਾ ਕਰਦਾ ਦੁਖਦੀ ਆ। ਕਿ ਪੰਜਾਬ ਦੇ ਵਿੱਚ ਇੱਕ ਪਿੰਡ ਆ ਜਿਹਦਾ ਨਾਮ ਆ ਨੈਣਕਾਂ, ਅਤੇ ਦੂਜੇ ਪਾਸੇ ਘੱਟ ਗਈ ਨਿਗਾਹ, ਅਤੇ ਲਵਾ ਲਏ ਆਪਾਂ ਐਨਕਾਂ, ਅਤੇ ਐਨਕਾਂ ਲਵਾ ਲਏ ਹਨ, ਅਤੇ ਲੱਗੀਆਂ ਨੇ ਆਪਣੀਆਂ 1600, ਠੀਕ ਆ, ਵਿੱਚ ਹੀ ਦਵਾਈ ਵਿੱਚ ਹੀ ਐਨਕਾਂ, ਤਾਂ ਇਕੱਲੇ ਫਰੇਮ ਦਾ ਰੇਟ ਆ 800, ਬਾਕੀ ਸਾਰਾ ਕੁਝ ਦਵਾਈ ਦਵੂਈ ਲਾ ਕੇ 16-16 ਸਾਰਾ ਕੁਛ ਰੈਡੀਮੇਡ ਬਣ ਗਿਆ, ਅਤੇ ਦਵਾਈ ਸਾਰੀ ਹੈਗੀ ਆ ਹਫ਼ਤੇ ਦੀ ਹੈ ਨਾ, 7 ਦਿਨਾਂ ਦੀ ਦਵਾਈ ਹੈਗੀ,
ਤਾਂ ਬਾਕੀ ਇਹਨੇ ਕਹਿੰਦਾ ਲਾਈਫ ਟਾਈਮ ਖਾਤਰ ਹੀ ਨੇ ਇੰਨੀ ਕੋਈ ਜ਼ਿਆਦਾ ਨਹੀਂ ਅੱਧਾ ਨੰਬਰ ਨੇਗਾ ਘੱਟ ਹੈਗੀ ਤਾਂ ਯਾਰ ਹਰ ਵਕਤ ਇਹਨਾਂ ਦਾ ਸਿਰ ਦੁਖੀ ਜਾਂਦਾ ਰਹਿੰਦਾ ਨਾਲੇ ਹਰ ਵਕਤ ਦੁਖਦੀ ਹੈ ਗਰਦਨ ਮੇਰੀ ਤਾਂ ਅੱਖਾਂ ਵੀ ਦੁਖਦੀਆਂ ਇਸ ਕਰਕੇ ਤਾਂ ਜ਼ਰੂਰੀ ਸੀ ਇਹ ਕੰਮ ਹੋਣਾ ਬਾਕੀ ਅੱਖਾਂ ਤੋਂ ਬਿਨਾਂ ਯਾਰ ਉਹ ਜ਼ਰੂਰੀ ਹੈ ਹੀ ਨਹੀਂ ਵੈਸੇ ਤਾਂ ਅੱਜ ਕਿਸ਼ਤ ਭਰ ਕੇ ਆਉਣੀ ਸੀ ਤਾਂ ਉਹ ਕੈਂਸਲ ਕਰਕੇ ਤਾਂ ਵੈਸੇ ਲਾਸਟ 28 ਤਰੀਕ ਆ ਯਾਰ ਕਿਸ਼ਤ ਦੀ ਤਾਂ ਕੋਈ ਚੱਕਰ ਨਹੀਂ ਕੱਲ੍ਹ ਭਰੇ ਆਵਾਂਗੇ ਪਰਸੋਂ ਭਰੇ ਆਵਾਂਗੇ ਡੋਂਟ ਵਰੀ ਜਦੋਂ ਆਪਾਂ ਬਾਂਡ ਪਾਉਣੇ ਉਦੋਂ ਆਏ ਦੇ ਆਪਾਂ ਅਗਲੇ ਜਵਾਕਾਂ ਨੂੰ ਕਹਿੰਦੇ ਆਪਾਂ ਅਗਲੇ ਗਿਣਾ ਅਤੇ ਲਓ ਬਾਬੇ ਆ ਚੁੱਕਿਆ ਆਪਾਂ ਅਗਲੇ ਦਿਨ ਹੈ ਨਾ ਅਤੇ ਕੱਪੜੇ ਦੇਖੋ ਕੀ ਹਾਲਤ ਕਰ ਰੱਖੀ ਆ ਇਹ ਹਾਲਤ ਮੈਂ ਹੁਣੀ ਪਾ ਕੇ ਆਇਆ ਵੈਸੇ ਤਾਂ ਮੇਰੇ ਥੱਲੇ ਅੱਧੀ ਆਵਾਂ ਸ਼ਰਟ ਪਾਈ ਹੋਈ ਸੀਗੀ ਤਾਂ ਠੰਡ ਹੋ ਗਈ ਹੈ ਨਾ ਮੈਂ ਬਾਹਰ ਆ ਗਿਆ ਤਾਂ ਮੈਂ ਚਲੇ ਇੱਕ ਸ਼ਰਟ ਤੁਸੀਂ ਹੋਰ ਪਾ ਲੈਂਦੇ ਹਾਂ ਤਾਂ ਅੱਧਾ ਘੰਟਾ ਲਾ ਕੱਲਾ ਬਾਹਰੇ ਬਾਹਰੇ ਜਾ ਕੇ ਫਿਰ ਅੰਦਰ ਪੈ ਜੂੰਗਾ ਫਿਰ ਲਾ ਦੂੰਗਾ ਅਤੇ ਵੈਸੇ ਵੀ ਜਿਹੜਾ ਤੁਸੀਂ ਇੱਥੋਂ ਪਿਛਲਾ ਵਲੋਗ ਦੇਖਿਆ ਪਿਛਲਾ ਵਲੋਗ ਨਹੀਂ ਜਿਹੜੀ ਪਿਛਲੀਆਂ ਕਲਪਾਂ ਦੇਖੀਆਂ ਨੇ ਇਹ ਸੀਗੀਆਂ ਕੱਲ੍ਹ ਦੀਆਂ ਅਤੇ ਅੱਜ ਆ ਤਾਂ ਵੈਸੇ ਕੱਲ੍ਹ ਵਲੋਗ ਇਸ ਤੋਂ ਬਾਅਦ ਮੈਂ ਹੋਰ ਬਣਾਈ ਨਹੀਂ ਹੈਗਾ ਕਿਉਂਕਿ ਯਾਰ ਕੱਲ੍ਹ ਮੈਂ ਬਿਮਾਰ ਹਾਂ ਹੈ ਨਾ 3-4 ਦਿਨਾਂ ਤੋਂ ਮੈਂ ਬਿਮਾਰ ਚੱਲ ਰਿਹਾ ਹੈਗਾ ਅਤੇ ਬਿਮਾਰ ਦਾ ਕੀ ਰੀਜ਼ਨ ਸੀਗਾ ਰੀਜ਼ਨ ਸੀਗਾ ਬਿਮਾਰ ਦਾ ਵੀ ਨਿਗ੍ਹਾ ਘਟੀ ਵੀ ਹੈਗੀ ਅੱਧਾ ਨੰਬਰ ਨਿਗ੍ਹਾ ਘੱਟ ਗਈ ਮੇਰੀ ਤਾਂ ਯਾਰ ਨਿਗ੍ਹਾ ਦੇ ਕਾਰਨ ਹੈ ਨਾ ਸਿਰ ਇੰਨਾ ਨਜਾਇਜ਼ ਦੁੱਖ ਰਿਹਾ ਸੀ 3-4 ਦਿਨਾਂ ਦਾ ਅਤੇ ਉਸ ਤੋਂ ਬਾਅਦ ਗਰਦਨ ਹੈ ਨਾ ਇਹ ਪ੍ਰੋਬਲਮ ਸੀ ਤਾਂ ਕਰਕੇ ਮੈਂ ਕੱਲ੍ਹ ਵਲੋਗ ਮੇਰੇ ਤੋਂ ਹੋਈ ਨਹੀਂ ਹੈਗਾ ਅਤੇ 9:10 ਬਾਕੀ ਨੇ ਹੈ ਨਾ ਅਤੇ ਹਰਮਨ ਜਮ੍ਹਾਂ ਤਿਆਰ ਆ ਸਕੂਟਰੀ ਤਿਆਰ ਰਾਤ ਸਕੂਟਰੀ ਚਾਰਜ ਲਾਉਣਾ ਭੁੱਲ ਗਏ ਤਾਂ ਫਿਰ ਵੀ 59% ਸਕੂਟਰੀ ਚਾਰਜ ਪਈ ਹੈਗੀ ਦੇਖੋ ਕੀ ਹੋ ਗਿਆ ਵਰਦੀ ਲਾਉਣਾ ਕਾਹਤੋਂ ਹੈ ਲੈ ਵਰਦੀ ਲਾਉਂਦਾ ਕਾਹਤੋਂ ਲਾਉਂਦਾ ਵਰਦੀ ਜਿਹੜੀ ਸਾਡੀਆਂ ਵੰਗੀਆਂ 'ਤੇ ਹੈ ਨਾ ਨਰਮਾ ਆਸੇ ਪਾਸੇ ਉਹ ਸਾਡੇ ਘਰ ਦੀ ਚੁੱਕਦੇ ਹੁੰਦੇ ਨੇ ਉਹ ਤਾਂ ਮਤਲਬ ਜਦੋਂ ਕੋਈ ਵੀ ਬੁੜੀ ਵਿਹਲੀ ਹੋਵੇ ਹੈ ਨਾ ਜਾਂ ਕੋਈ ਬੰਦਾ ਵਿਹਲਾ ਹੋਵੇ ਤਾਂ ਇਹਦੇ ਲੱਗ ਜਾਂਦਾ ਹੋਵੇ ਮੇਰੀ ਨਾਨੀ ਚੁੱਕ ਰਹੀ ਸੀ ਡੈਡੀ ਘਰੇ ਬੰਦਾ ਆਇਆ ਹੈ ਨਾ ਕੋਈ ਆਇਆ ਹੋਊਗਾ ਤਾਂ ਉਹਨੂੰ ਮਿਲ ਰਿਹਾ ਮੇਰੀ ਨਾਨੀ ਚੁੱਕ ਰਹੀ ਉਹਨੂੰ ਪੁੱਛਦਾ ਮੈਂ ਵੀ ਉਹ ਵਰਦੀ ਕਾਹਤੋਂ ਲਾਉਂਦਾ ਗਾ ਕੀ ਚੱਕਰ ਆ ਫਿਰ ਤੂੰ ਕੀ ਹੈ ਉਹ ਤਾਂ ਮੈਨੂੰ ਕਹਿੰਦਾ ਮੈਂ ਵਰਦੀ ਲਾਉਣਾ ਹੈਂ ਹਾਂ ਪਰ ਉਹ ਤਾਂ ਮੈਨੂੰ ਕਹਿੰਦਾ ਕਿ ਮੈਂ ਹਜੇ ਜ਼ਿਆਦਾ ਨਹੀਂ ਹੈ ਤਾਂ ਜਦੋਂ ਸੌਂ ਕੇ ਉੱਠਦੇ ਹਾਂ ਹੈ ਨਾ ਉਦੋਂ ਮਨ ਹੁੰਦਾ ਜਮਾ ਕੂਲ ਅਤੇ ਅੱਜ ਫਿਰ ਯਾਰ ਚੱਲਿਆ ਸਕੂਲ ਕੱਲ੍ਹ ਮੇਰੇ ਖਿਆਲ ਨਾਲ ਕੱਲ੍ਹ ਵੀ ਨਹੀਂ ਗਿਆ ਹੈ ਨਾ ਇਹ ਤਾਂ ਇਹਦਾ ਪੜ੍ਹਾਈ ਵਾਲਾ ਕੰਮ ਔਖ ਹੀ ਹੈ ਤਾਂ ਹੁਣ ਤਾਂ ਪਤਾ ਲੱਗੀ ਚੱਲੂ ਕਿੰਨਾ ਕੁ ਪੜ੍ਹਦਾ ਕੀ ਰਿਸਪੋਂਸ ਆ ਪੜ੍ਹਾਈ 'ਚ ਤਾਂ ਬਾਕੀ ਚਲੋ ਅੱਜ ਟੋਪੀ ਪਤਾ ਕਿਉਂ ਲੈਤੀ ਆ ਮੈਂ ਵਾਲ ਖਰਾਬ ਕਰਕੇ ਹੈ ਨਾ ਵਾਲ ਇੰਨੇ ਹੇੜੀ ਸੀ ਕੰਮ ਦੇ ਤਾਂ ਕਟਾ ਕੇ ਆਵਾਂਗੇ ਥੋੜ੍ਹੇ ਦਿਨਾਂ ਤੱਕ ਉਦੋਂ ਬਾਅਦ ਗਾਹਾਂ ਦੇਖਾਂਗੇ ਫਿਲਹਾਲ ਐਨਕ ਤਾਂ ਮੈਂ ਚਲਾਉਣਾ ਨਹੀਂ ਹੁੰਦਾ ਕਿ ਆਪਾਂ ਮਾੜਾ ਕਿਸੇ ਨੂੰ ਕਿਉਂ ਕਹੀਏ ਰੱਬ ਨੇ ਬਣਾਈਆਂ ਨੇ ਸਾਰਿਆਂ ਨੇ ਆਪੋ ਆਪਣੀ ਚੰਗੀ ਕੌਮ ਅਤੇ ਹਰਮਨ ਨੂੰ ਛੱਡ ਕੇ ਸਕੂਲ 'ਚ ਆਪਾਂ ਵਾਪਸ ਆ ਗਏ ਹੋਮ ਕਿ ਦਿਮਾਗ ਬਹੁਤ ਵੱਡੀ ਚੀਜ਼ ਆ ਕੋਈ ਵਰਤਦਾ ਇਹਨੂੰ ਚੰਗਾ ਕੋਈ ਵਰਤਦਾ ਇਹਨੂੰ ਮਾੜਾ ਜਿਹਨੂੰ ਹੁੰਦੀ ਆ ਕਬੀਲਦਾਰੀਆਂ ਦੀ ਸੋਚ ਉਹ ਆਪਦੇ ਮਨ 'ਚ ਰੱਖਦਾ ਨਹੀਂ ਕਿਸੇ ਲਈ ਸਾੜਾ ਦਿਨ ਆਪਣਾ ਅੱਜ ਟਿਊਜ਼ਡੇ ਹੈ ਨਾ ਅਤੇ ਅੱਜ ਆਪਣੀਆਂ ਸ਼ਰਟਾਂ ਨੇ ਉਹ ਪਿਕਅਪ ਹੋਣਗੀਆਂ ਤਾਂ ਸ਼ਰਟਾਂ ਫੜਾ ਆਵਾਂਗੇ ਤਾਂ ਸ਼ਾਇਦ ਆਥਣੇ ਫੜਾ ਕੇ ਆਊਂਗਾ ਜਮ੍ਹਾਂ ਹੈ ਨਾ ਤਾਂ 5:30 ਤਾਂ ਜਾਂ ਫਿਰ 1:30 ਦੋ ਟਾਈਮ ਨੇ ਮੈਂ ਦੋ ਟਾਈਮ ਤੋਂ ਫੜਾ ਆਊਂਗਾ ਘਰਦੇ ਕਹਿੰਦੇ ਨੇ ਕਿ ਟੈਨਸ਼ਨ ਫਰੀ ਹੋ ਕੇ ਰਿਹਾ ਕਰ ਕੰਮ ਤਾਂ ਆਪ ਹੀ ਹੋ ਜਾਣਾ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਜੇ ਮੈਂ ਫਰੀ ਹੋ ਗਿਆ ਨਾ ਤੁਸੀਂ ਟੈਨਸ਼ਨ ਜਾ ਜਾਣਾ ਅਤੇ 10:14 ਦਾ ਟਾਈਮ ਆ ਵੈਦਰ ਬਿਲਕੁਲ ਸਾਫ਼ ਆ ਹੈ ਨਾ ਮੀਂਹ ਮੂੰਹ ਪੈ ਕੇ ਹਟਿਆ ਹੋਇਆ ਕੰਮ ਖੜਾਤਾ ਜੀਰੀਆਂ ਦਾ ਸਾਡੇ ਮਿੰਟ ਤਾਂ ਖੜਿਆ ਹੋਇਆ ਹਜੇ ਚੱਲ ਨਹੀਂ ਰਹੀ ਮਸ਼ੀਨ ਕਿਸੇ ਪਾਸੇ ਵੀ ਤਾਂ ਸਾਰੀਆਂ ਜੀਰੀਆਂ ਪੱਕੀਆਂ ਪੈਣ ਲੱਗਣ ਲਈ ਖੜੀਆਂ ਨੇ ਅਤੇ ਇੱਧਰ ਆਪਾਂ ਗਏ ਹੋਏ ਸੀ ਹੈ ਨਾ ਸਾਗ ਤੋੜਨ ਅਤੇ ਮੇਰੀ ਮੰਮੀ ਵਰਗੇ ਸਾਗ ਤੋੜਨ ਗਈਆਂ ਹੋਈਆਂ ਸੀਗੀਆਂ ਉੱਥੋਂ ਮੈਂ ਮਤਲਬ ਸੋਚ ਤਾਂ ਲਿਆ ਸੀ ਮੈਂ ਜਾਣਾ ਨਾ ਕੱਲ੍ਹ ਤਾਂ ਕੈਂਸਲ ਕਰਤਾ ਹੁਣ ਤਾਂ ਮੈਂ ਡੈਡੀ ਵਰਗੇ ਤਾਂ ਲੈ ਗਏ ਨੇ ਤਾਂ ਯਾਰ ਜਿਹੜਾ ਮੁੱਲ ਦਾ ਸਾਗ ਹੁੰਦਾ ਲਿਆ ਤਾਂ ਸਕਦੇ ਹੈ ਨਾ ਅਤੇ ਪਰ ਮੁੱਲ ਦਾ ਸਾਗ ਉਹੋ ਜਿਹਾ ਬਣਦਾ ਨਹੀਂ ਹੈਗਾ ਨਾ ਸਵਾਦ ਜਿਹੋ ਜਿਹਾ ਘਰ ਦਾ ਬਣਦਾ ਗਾ ਗੱਲ ਕਿੰਨੇ ਬਹੁਤ ਵਾਰ ਪਰਤੇ ਵੀ ਆ ਇਹ ਹਰੇਕ ਨੂੰ ਹੀ ਪਤਾ ਜਿਹੜੇ ਪਿੰਡਾਂ 'ਚ ਰਹਿੰਦੇ ਨੇ ਹੈ ਨਾ ਸ਼ਹਿਰਾਂ 'ਤੇ ਚਲੋ ਮੁੱਲ ਲੈ ਕੇ ਖਾਂਦੇ ਨੇ ਤਾਂ ਜਿਹੜੇ ਪਿੰਡ 'ਚ ਜਿਹੜਾ ਘਰ ਦਾ ਸਾਗ ਆ ਉਸ ਬੈਸਟ ਅਤੇ ਬਾਹਰ ਜਿਹੜਾ ਮੈਂ ਪਿਛਲਾ ਸ਼ੂਟ ਕੀਤਾ ਉਹਦੇ ਵਿੱਚ ਦੂੰ ਖੜਕਿਆ ਜਿਹਾ ਪਤਾ ਕਿਉਂ ਕਰ ਰਿਹਾ ਹੈਗਾ ਉਹ ਹੈੱਡਫੋਨ ਲੱਗੇ ਰਹਿ ਗਏ ਸੀ ਮੇਰੀ ਹੈੱਡਫੋਨ ਵਾਲੀ ਕਿੱਲੀ ਵਿੱਚ ਹੀ ਰਹਿ ਗਈ ਸੀਗੀ ਤਾਂ ਹੈੱਡਫੋਨ ਵਾਲੀ ਕਿੱਲੀ ਜਿਹੜੀ ਹੁਣ ਤੁਸੀਂ ਆਵਾਜ਼ ਸੁਣੀ ਹੈ ਉਹ ਆਵਾਜ਼ ਆਹ ਮੈਕ ਦੇ ਵਿੱਚ ਦੀ ਆ ਰਹੀ ਸੀ ਹੈ ਨਾ ਤਾਂ ਮੈਕ ਪਤਾ ਨਹੀਂ ਨੇੜੇ ਸੀ ਪਤਾ ਦੂਰ ਸੀ ਆਹ ਡੂੰ ਡੂੰ ਜਾਂ ਕਾਹਤੋਂ ਕਰ ਰਿਹਾ ਸੀ ਵਿੱਚ ਦੀ ਹੈ ਨਾ ਤਾਂ ਇਹ ਹੈੱਡਫੋਨ ਵਾਲਾ ਜਿਹੜਾ ਮੈਕ ਹੁੰਦਾ ਉਹਦੇ ਵੀ ਦੀ ਆਵਾਜ਼ ਆ ਰਹੀ ਸੀ ਉਹ ਵੀ ਘੈਂਟ ਆ ਕੰਮ ਚਲੋ ਮੈਨੂੰ ਐਂ ਪਤਾ ਲੱਗ ਗਿਆ ਮੈਕ ਵੀ ਕੰਮ ਕਰਦਾ ਇਹਦਾ ਅਤੇ ਰੋਜ਼ ਦੀ ਤਰ੍ਹਾਂ ਉਹੀ ਮਾਹੌਲ ਆ ਇੱਧਰ ਨਰਮਾ ਪਿਆ ਹੈ ਨਾ
ਤੇ ਇੱਧਰ ਆਪਣਾ ਮੈਸ਼ ਕਰ ਰਹੀ ਆ ਬਰੱਸ਼ ਰੋਜ਼ ਦੀ ਤਰ੍ਹਾਂ, ਇੱਧਰ ਕੁਛ ਕੀਤਾ ਪਿਆ ਤੇ ਇੱਧਰ ਕੁਛ ਕੀਤਾ ਪਿਆ, ਆਹ ਕਰਦੀ ਨਹੀਂ ਹੁੰਦੀ ਰੋਜ਼ ਦੀ। ਟਾਈਮ ਟਾਈਮ ਹੈ 11:34, ਆਹ ਸ਼ਰਟ ਹੈ ਨਾ ਅਤੇ ਪੈਕਟ, ਅਤੇ ਜਿਹੜਾ ਮਜ਼ਾ ਆਉਣਾ ਤਾਂ ਉਸਦੇ ਵਿੱਚ ਬਿੱਲ, ਤਿੰਨੇ ਚੀਜ਼ਾਂ ਪੈਕ ਕਰਕੇ ਹੈ ਨਾ ਤਿਆਰ ਨੇ। ਮੂਹਰੋਂ ਖੋਲਿਆ ਹੋਇਆ ਤਾਂ ਗਾਹਾਂ ਤੋਂ ਯਾਰ ਹੈ ਨਾ, ਸੰਭਾਲ ਕੇ ਖੋਲਿਆ ਕਰਾਂਗੇ ਵਾਲਾ ਪਾਟੇ ਨਾਲ, ਅਤੇ ਤਾਂ ਕਰਕੇ ਇਹਦਾ ਪਾਟਿਆ ਵੀ ਬਾਕੀ ਸਾਰਾ ਪਾਸੇ ਤੋਂ ਸੀ ਹੀ ਇਹ ਪਹਿਲਾਂ ਮੂਹਰੋਂ ਮੂਹਰੋਂ ਪਾਟਿਆ ਹੋਇਆ। ਤਾਂ ਮੇਰੇ ਕੋਲ ਮੈਸੇਜ ਆ ਗਿਆ ਅੱਜ ਵੀ, ਅੱਜ ਪੰਜ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੋਂ ਪਹਿਲਾਂ ਪਹਿਲਾਂ ਤੁਹਾਡਾ ਜਿਹੜਾ ਇਹ ਪਾਰਸਲ ਆ ਪਿਕਅਪ ਹੋ ਜੂ, ਉਦੋਂ ਬਾਅਦ ਪੇਮੈਂਟ ਔਨਲਾਈਨ ਆ ਜੂ। ਮੈਂ ਕਿਹਾ ਕੋਈ ਚੱਕਰ ਹੀ ਨਹੀਂ ਬਾਬਾ, ਅਤੇ ਚਲੋ ਫਿਰ ਆਪਾਂ ਅੱਜ ਦੇ ਵਲੋਗ ਦੀ ਇੱਥੇ ਕਰਦੇ ਐਂਡ, ਅਤੇ ਆਹ ਵਲੋਗ ਚੰਗਾ ਲੱਗਿਆ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਚਲੋ ਫਿਰ ਆਪਾਂ ਮਿਲਦੇ ਹੋਰ ਨਵੇਂ ਵਲੋਗ ਦੇ ਵਿੱਚ। ਗੁੱਡ ਬਾਈ ਐਂਡ ਸਤਿ ਸ਼੍ਰੀ ਅਕਾਲ।